ਸਤਿ ਸ਼੍ਰੀ ਅਕਾਲ ਪ੍ਰਾਈਮ ਮਿਨਿਸਟਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਜਤਿੰਦਰ ਪੰਨੂ ਸ਼ੋਅ ਦੇ ਵਿੱਚ ਮੈਂ ਤੁਹਾਡੇ ਨਾਲ ਮਨਪ੍ਰੀਤ ਸਾਡੇ ਖਾਸ ਮਹਿਮਾਨ ਜਤਿੰਦਰ ਪੰਨੂ ਜੀ ਇਸ ਵੇਲੇ ਸਟੂਡੀਓ ਦੇ ਵਿੱਚ ਮੌਜੂਦ ਨੇ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਪੰਨੂ ਸਾਹਿਬ ਅਸੀਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਫਿਲਮ ਨਾਨਕਸ਼ਾਹ ਫਕੀਰ ਦੀ ਜਿਸ ਨੂੰ ਲੈ ਕੇ ਵਿਵਾਦ ਵੱਧਦਾ ਹੀ ਜਾ ਰਿਹਾ ਇਸ ਫਿਲਮ ਦੀ ਰਿਲੀਜ਼ਿੰਗ ਨੂੰ ਹਰੀ ਝੰਡੀ ਦਿੱਤੀ ਜਾ ਚੁੱਕੀ ਹੈ ਦੂਜੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਸ ਲਈ ਹੁਕਮਨਾਮਾ ਵੀ ਜਾਰੀ ਹੋ ਚੁੱਕਾ ਹੈ ਅੱਗੇ ਕੀ ਕੁਝ ਹੋ ਸਕਦਾ ਅਕਾਲ ਤਖਤ ਸਾਹਿਬ ਨੇ 24 ਘੰਟਿਆਂ 'ਚ ਦੋ ਹੁਕਮਨਾਮੇ ਜਾਰੀ ਕੀਤੇ ਇੱਦਾਂ ਕੀਤੇ ਜਿਵੇਂ ਜਥੇਦਾਰ ਸਾਹਿਬ ਆਪਣੀ ਕਿਸੇ ਗਲਤੀ ਦੇ ਉੱਤੇ ਪੋਚਾ ਮਾਰਨ ਵਾਸਤੇ ਕਾਹਲੀ 'ਚ ਲੱਗੇ ਹੋਣ ਕਾਹਲੀ 'ਚ ਵੀ ਆਹ ਵੀ ਕਰ ਦਿਓ ਆਹ ਵੀ ਕਰ ਦਿਓ ਪਹਿਲਾਂ ਇੱਕ ਉੱਥੋਂ ਐਲਾਨ ਇਹ ਕੀਤਾ ਆਦੇਸ਼ ਜਾਰੀ ਕੀਤਾ ਕਿ ਇਹ ਫਿਲਮ ਜਿਹੜੀ ਆ ਨਹੀਂ ਰਿਲੀਜ਼ ਕੀਤੀ ਜਾਵੇਗੀ ਅਗਲੇ ਦਿਨ ਸੁਪਰੀਮ ਕੋਰਟ ਨੇ ਰਿਲੀਜ਼ ਕਰਨ ਦੀ ਆਗਿਆ ਦੇ ਦਿੱਤੀ ਜੀ ਫਿਰ ਉਹਦੇ ਬਾਅਦ ਇਹ ਕਰ ਦਿੱਤਾ ਪੰਜ ਸਿੰਘ ਸਾਹਿਬਾਨ ਵੱਲੋਂ ਕਿ ਜਿਹੜਾ ਹਰਿੰਦਰ ਸਿੰਘ ਸਿੱਕਾ ਜਿਹਨੇ ਫਿਲਮ ਬਣਾਈ ਹੈ ਉਹਨੂੰ ਸਿੱਖ ਪੰਥ 'ਚੋਂ ਛੇਕਿਆ ਜਾਂਦਾ ਦੁਨੀਆ ਭਰ ਦੇ ਸਿੱਖ ਉਹਦੇ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖਣ ਜੀ ਇਹ ਹੁਕਮਨਾਮਾ ਵੀ ਕਾਹਲੀ 'ਚ ਕੀਤਾ ਗਿਆ ਇਹਨਾਂ ਨੇ ਹੁਕਮਨਾਮੇ ਕਰ ਕਰਕੇ ਹੁਕਮਨਾਮਿਆਂ ਦੀ ਕਦਰ ਘਟਾ ਦਿੱਤੀ ਘੱਟੋ ਘੱਟ ਚਾਰ ਹੁਕਮਨਾਮੇ ਇੱਥੇ ਇਹੋ ਜਿਹੇ ਤੁਰੇ ਫਿਰਦੇ ਆ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਖਿਲਾਫ ਇਹਨਾਂ ਨੇ ਆਖਿਆ ਕਿ ਰੋਟੀ ਬੇਟੀ ਦੀ ਸਾਂਝ ਨਾ ਰੱਖੋ ਲੋਕ ਉਹਨਾਂ ਦੇ ਨਾਲ ਖੁੱਲ੍ਹ ਕੇ ਤੁਰੇ ਫਿਰਦੇ ਆ ਅਤੇ ਬਾਕੀ ਲੋਕ ਨੇ ਅਕਾਲੀ ਲੀਡਰ ਵੀ ਤੁਰੇ ਫਿਰਦੇ ਆ ਜੀ ਅਕਾਲ ਤਖਤ ਦੇ ਇੱਕ ਸਾਬਕਾ ਜਥੇਦਾਰ ਨੂੰ ਹੀ ਸਿੱਖੀ 'ਚੋਂ ਛੇਕਿਆ ਪਿਆ ਅਤੇ ਉਹਦੇ ਬਾਵਜੂਦ ਕੀਰਤਨ ਵੀ ਕਰਦਾ ਕਥਾ ਵੀ ਕਰਦਾ ਅਤੇ ਲੋਕ ਉੱਥੋਂ ਕਰਾ ਰਹੇ ਆ ਜਿਹੜੇ ਲੋਕ ਕਰਵਾ ਰਹੇ ਆ ਅਕਾਲ ਤਖਤ ਨੇ ਉਹਨਾਂ ਲੋਕਾਂ ਦਾ ਵਿਗਾੜਿਆ ਕੀ ਹੁਣ ਤੱਕ ਜੀ ਉਹ ਪਰਵਾਹ ਹੀ ਨਹੀਂ ਕਰ ਰਹੇ ਇੱਕ ਅਖਬਾਰ ਵਾਲੇ ਦੇ ਖਿਲਾਫ ਵੀ ਕੀਤਾ ਸੀ ਪਤਾ ਨਹੀਂ ਕੀ ਕੁਛ ਕਰਦੇ ਸੰਭਲ ਕੇ ਨਹੀਂ ਚੱਲ ਰਹੇ ਮਸਲਾ ਕੀ ਹੈ ਇੱਕ ਫਿਲਮ ਬਣੀ ਹੈ ਚਰਚਾ ਇਹ ਹੈ ਕਿ ਸਿੱਕਾ ਨਾਂ ਦਾ ਇੱਕ ਸਰਦਾਰ ਆ ਉਹਨੇ ਫਿਲਮ ਬਣਾਈ ਹੈ ਜੀ ਔਰ ਮੈਨੂੰ ਵੀ ਇਹ ਭਰਮ ਸੀ ਕਿ ਸਮੁੰਦਰੀ ਫੌਜ 'ਚੋਂ ਰਿਟਾਇਰ ਹੋਇਆ ਬੰਦਾ ਅਤੇ ਉਹਨੇ ਸਿਰਫ ਸੇਵਾ ਭਾਵਨਾ ਨਾਲ ਬਣਾਈ ਹੌਲੀ ਹੌਲੀ ਉਹ ਸੇਵਾ ਭਾਵਨਾ ਵਾਲੇ ਬੰਦੇ ਬਾਰੇ ਜਿੰਨੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਸੁਣੀਆਂ ਨਹੀਂ ਜਾ ਰਹੀਆਂ ਜੀ ਉਹਦੇ ਬਾਰੇ ਵੀ ਕਈ ਕੁਛ ਸੁਣ ਰਿਹਾ ਅੱਗੋਂ ਇਹ ਹੈ ਕਿ ਫਿਲਮ ਕਿੱਦਾਂ ਦੀ ਹੈ ਅਸੀਂ ਤਾਂ ਵੇਖੀ ਨਹੀਂ ਮੈਂ ਤਾਂ ਦੂਸਰੀਆਂ ਫਿਲਮਾਂ ਵੀ ਕੋਈ ਨਹੀਂ ਵੇਖਦਾ ਅਤੇ ਮੈਂ ਇਹੋ ਜਿਹੀ ਕਾਹਨੂੰ ਵੇਖਣੀ ਹੈ ਇਹਨਾਂ ਨੂੰ ਪਤਾ ਲੱਗ ਗਿਆ ਕਿ ਫਿਲਮ ਬਣ ਰਹੀ ਹੈ ਇਹਨਾਂ ਨੇ ਅਗੇਤੀਆਂ ਹੀ ਘੋੜੀਆਂ ਭਜਾਤੀਆਂ ਜੀ ਉਹਦੇ ਨਾਲ ਸੌਦੇਬਾਜ਼ੀ ਸ਼ੁਰੂ ਹੋ ਗਈ ਫਿਰ ਇਤਰਾਜ਼ ਕਰ ਦਿੱਤਾ ਗਿਆ ਫਿਲਮ ਮਾੜੀ ਹੈ ਇਹ ਸਿੱਖ ਰੋਹ ਰੀਤਾਂ ਦੇ ਰਿਵਾਜ਼ਾਂ ਦੇ ਸਾਡੀ ਪਰੰਪਰਾ ਦੇ ਖਿਲਾਫ ਹੈ ਇੱਥੋਂ ਇੱਕ ਕਮੇਟੀ ਬਣਾ ਦਿੱਤੀ ਗਈ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਬਕਾ ਚੀਫ ਸੈਕਟਰੀ ਨੂੰ ਉਹਦਾ ਆਗੂ ਬਣਾ ਦਿੱਤਾ ਗਿਆ ਜੀ ਹੁਣ ਜਦੋਂ ਰੱਫੜ ਪਿਆ ਤਾਂ ਕਹਿੰਦੇ ਜੀ ਸਾਬਕਾ ਚੀਫ ਸੈਕਟਰੀ ਅਤੇ ਉਹਦੀ ਕਮੇਟੀ ਨੇ ਇਹਦੀ ਪ੍ਰਵਾਨਗੀ ਦਿੱਤੀ ਸੀ ਉਹ ਚੰਗਾ ਹੋਵੇ ਉਹ ਮਾੜਾ ਹੋਵੇ ਉਹ 3-3 ਲੱਖ ਰੁਪਏ ਤਨਖਾਹ ਲੈਂਦਾ ਰਿਹਾ ਹੋਵੇ ਅਸੀਂ ਬਥੇਰੀ ਉਹਦੀ ਨੁਕਤਾਚੀਨੀ ਕਰਦੇ ਰਹੇ ਪਰ ਇਸ ਮਾਮਲੇ 'ਚ ਉਹਨੇ ਆਖਿਆ ਕਿ ਆਪਣਾ ਕੂੜਾ ਮੇਰੇ ਸਿਰਕਾਂ ਨੂੰ ਸੁੱਟ ਦੇ ਜੀ ਜੀ ਮੈਨੂੰ ਤੁਸੀਂ ਆਖਿਆ ਮੈਂ ਇਕੱਲਾ ਗਿਆ ਸਾਂ ਤੁਸੀਂ ਬਣਾਈ ਕਮੇਟੀ ਅਸੀਂ ਫਿਲਮ ਵੇਖੀ ਵੇਖ ਕੇ ਕਹਿਤਾ ਚਾਹ ਨੁਕਸ ਹੈ ਉਹ ਬੰਦਾ ਨੁਕਸ ਦੂਰ ਕਰਕੇ ਲੈ ਆਇਆ ਅਸੀਂ ਸੋਚਿਆ ਜਾ ਕੇ ਸ਼੍ਰੋਮਣੀ ਕਮੇਟੀ ਨੂੰ ਰਿਪੋਰਟ ਦਿਆਂਗੇ ਜੀ ਸ਼੍ਰੋਮਣੀ ਕਮੇਟੀ ਅੱਗੋਂ ਅਕਾਲ ਤਖਤ ਦੇ ਜਥੇਦਾਰ ਨੂੰ ਆਖੇਗੀ ਅਤੇ ਜਥੇਦਾਰ ਨੇ ਪ੍ਰਵਾਨਗੀ ਦੇਣੀ ਦੇ ਨਹੀਂ ਦੇਣੀ ਨਾ ਸਹੀ ਪਰ ਅਸੀਂ ਤਾਂ ਇਹਦੇ ਗੁਰਦੁਆਰੇ ਦਫ਼ਤਰ ਪਹੁੰਚੇ ਨਹੀਂ ਗਏ ਅਤੇ ਸਾਨੂੰ ਪਤਾ ਕਿ ਅਕਾਲ ਤਖਤ ਦੇ ਜਥੇਦਾਰ ਨੇ ਚਿੱਠੀ ਪਹਿਲਾਂ ਹੀ ਜਾਰੀ ਕਰ ਦਿੱਤੀ ਉਹ ਕਹਿੰਦਾ ਜਦੋਂ ਅਸੀਂ ਅਜੇ ਰਿਪੋਰਟ ਹੀ ਨਹੀਂ ਦਿੱਤੀ ਅਤੇ ਅਕਾਲ ਤਖਤ ਦੇ ਜਥੇਦਾਰ ਨੇ ਚਿੱਠੀ ਕਿੱਦਾਂ ਜਾਰੀ ਕਰ ਦਿੱਤੀ ਜੀ ਇਹ ਅਕਾਲ ਤਖਤ ਦਾ ਜਥੇਦਾਰ ਵੀ ਅਜੀਬ ਕਿਸਮ ਦਾ ਸੱਚੇ ਸੌਦੇ ਵਾਲਿਆਂ ਨੇ ਵੀ ਚਿੱਠੀ ਜਾਰੀ ਕਰ ਦਿੱਤੀ 20 ਦਿਨਾਂ ਬਾਅਦ ਮੁੜ ਕੇ ਜਦੋਂ ਲੋਕਾਂ ਨੇ ਪੁਤਲੇ ਫੜ ਕੇ ਸੜਕ 'ਤੇ ਘੜੀਸ ਕੇ ਅੱਗ ਲਾਈ ਅੱਜ ਤੱਕ ਕਦੇ ਅਕਾਲ ਤਖਤ ਦੇ ਜਥੇਦਾਰ ਦੇ ਪੁਤਲੇ ਨਹੀਂ ਸੀ ਘੜੀਸੇ ਗਏ ਅਤੇ ਅੱਗ ਨਹੀਂ ਸੀ ਲਾਈ ਗਈ ਸਾਡਾ ਹੁਣ ਵਾਲਾ ਜਥੇਦਾਰ ਹੈ ਇਹਦੇ ਪੁਤਲੇ ਬਣਾ ਕੇ ਬੜੇ ਸੋਹਣੇ ਸ਼ਿੰਗਾਰ ਕੇ ਪਹਿਲਾਂ ਪ੍ਰਕਰਮਾਂ 'ਚ ਅਤੇ ਫਿਰ ਦਰਬਾਰ ਸਾਹਿਬ ਦੇ ਬਾਹਰ ਸੜਕਾਂ 'ਤੇ ਘੜੀਸ ਘੜੀਸ ਕੇ ਕੁੱਟ ਕੁੱਟ ਕੇ ਉਹਨੂੰ ਅੱਗ ਲਾਈ ਗਈ ਪੱਲੇ ਕੀ ਰਹਿ ਗਿਆ ਜੇ ਥੋੜ੍ਹਾ ਬਹੁਤ ਮਾਣ ਸਤਿਕਾਰ ਹੋਵੇ ਤਾਂ ਜਥੇਦਾਰ ਨੂੰ ਅਸਤੀਫਾ ਦੇ ਜਾਣਾ ਚਾਹੀਦਾ ਸੀ ਜਥੇਦਾਰ ਅਜੇ ਵੀ ਉੱਥੇ ਬੈਠਾ ਉਹਨੇ ਨੇ ਉਹ ਚਿੱਠੀ ਜਿਹੜੀ ਉਹ ਸਿੱਕੇ ਨੂੰ ਜਾਰੀ ਕਰ ਦਿੱਤੀ ਕਿ ਤੂੰ ਤਾਂ ਫਿਲਮ ਬਣਾਈ ਚੰਗਾ ਕੀਤਾ ਉਹਦੇ ਉੱਤੇ ਵੀ ਜਲੂਸ ਨਿਕਲਦਾ ਪਿਆ
ਇਹਦੇ ਤੋਂ ਬਾਅਦ ਆ ਫਿਰ ਇੱਕ ਇਹਨਾਂ ਨੇ ਕਮੇਟੀ ਬਣਾ ਤੀ, ਉਹਨੂੰ ਆਖਿਆ ਉਹ ਉਹਨੂੰ ਹੁਣ ਪਤਾ ਸੀ ਮੈਂ ਫਸ ਜਾਣਾ ਜੀ, ਉਹ ਇੱਥੇ ਨਹੀਂ ਆਇਆ, ਸੁਪਰੀਮ ਕੋਰਟ ਚਲਾ ਗਿਆ। ਸੁਪਰੀਮ ਕੋਰਟ ਜਾ ਕੇ ਉਹਨੇ ਆਖਿਆ ਜੀ ਫਿਲਮ ਸਰਟੀਫਿਕੇਸ਼ਨ ਬੋਰਡ ਜਿਹਨੂੰ ਲੋਕ ਸੈਂਸਰ ਬੋਰਡ ਕਹਿ ਦਿੰਦੇ ਆ, ਉਹਨੇ ਮੈਨੂੰ ਸਰਟੀਫਿਕੇਟ ਦੇ ਦਿੱਤਾ ਅਤੇ ਇਹ ਰੋਕਦੇ ਪਏ ਆ। ਸੁਪਰੀਮ ਕੋਰਟ ਨੇ ਆਖਿਆ ਜੀ ਉਹਨੇ ਸਰਟੀਫਿਕੇਟ ਦੇ ਦਿੱਤਾ, ਤੁਸੀਂ ਫਿਲਮ ਲਾਓ, ਇਹ ਸਟੇਟ ਗੌਰਮੈਂਟ ਦੀ ਅਤੇ ਬਾਕੀ ਦੀਆਂ ਸਾਰੀਆਂ ਸਟੇਟ ਗੌਰਮੈਂਟਸ ਦੀ ਜ਼ਿੰਮੇਵਾਰੀ ਹੈ, ਸਰਕਾਰ ਦੀ ਜ਼ਿੰਮੇਵਾਰੀ ਹੈ ਜੀ ਕਿ ਰੱਖਿਆ ਦੇ ਪ੍ਰਬੰਧ ਕਰੂਗੀ, ਤੂੰ ਫਿਲਮ ਚਲਾ। ਇਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਫਟਾਫਟ ਹਦਾਇਤ ਕੀਤੀ ਕਿ ਤੁਸੀਂ ਸੁਪਰੀਮ ਕੋਰਟ ਜਾਓ, ਸ਼੍ਰੋਮਣੀ ਕਮੇਟੀ ਚਲੀ ਗਈ। ਸਾਡੀ ਜੀ ਫੌਰੀ ਸੁਣਵਾਈ ਹੋਣੀ ਚਾਹੀਦੀ ਹੈ ਜੀ, ਸੁਪਰੀਮ ਕੋਰਟ ਨੇ ਆਖਿਆ ਫੌਰੀ ਸੁਣਵਾਈ ਵਾਲਾ ਮਸਲਾ ਹੀ ਨਹੀਂ। ਇੱਕ ਦਿਨ 'ਚ 3 ਅਰਜ਼ੀਆਂ ਦਿੱਤੀਆਂ ਜੀ, ਸੁਪਰੀਮ ਕੋਰਟ 'ਚੋਂ ਰੱਦ ਹੋਈ ਅਤੇ ਹਾਈ ਕੋਰਟ ਜਾ ਵੜੇ। ਅਸੀਂ ਇਹ ਤਾਂ ਸੁਣਿਆ ਸੀ ਕਿ ਤਹਿਸੀਲਦਾਰ ਤੋਂ ਰੱਦ ਹੋਵੇ ਅਤੇ ਐਸ ਡੀ ਐਮ ਕੋਲ ਜਾਈਦਾ, ਐਸ ਡੀ ਐਮ ਤੋਂ ਰੱਦ ਹੋਵੇ ਡੀ ਸੀ ਕੋਲ, ਡੀ ਸੀ ਤੋਂ ਰੱਦ ਹੋਵੇ ਹਾਈ ਕੋਰਟ ਕੋਲ, ਜਦੋਂ ਹਾਈ ਕੋਰਟ ਤੋਂ ਰੱਦ ਹੋਏ ਤਾਂ ਸੁਪਰੀਮ ਕੋਰਟ ਜਾਈਦਾ ਜੀ। ਇਹ ਪਹਿਲੀ ਵਾਰ ਵੇਖਿਆ ਕਿ ਸੁਪਰੀਮ ਕੋਰਟ ਤੋਂ ਅਰਜ਼ੀ ਰੱਦ ਹੋਈ ਅਤੇ ਹਾਈ ਕੋਰਟ ਜਾ ਵੜੇ ਜੀ, ਇਹ ਡਰਾਮੇਬਾਜ਼ੀ ਨਹੀਂ ਤੀ ਹੋਰ ਕਿਸੇ। ਹਾਈ ਕੋਰਟ ਕੋਲ ਚਲੇ ਜੀ, ਤੁਸੀਂ ਪਾਬੰਦੀ ਲਾ ਦਿਓ ਕਿ ਫਿਲਮ ਨਾ ਚੱਲੇ। ਉਹ ਕਹਿੰਦੇ ਜਦੋਂ ਸੁਪਰੀਮ ਕੋਰਟ ਨੇ ਕਿਹਾ ਤਾਂ ਚੱਲੇ, ਉਹਨੂੰ ਕਿੱਦਾਂ ਰੋਕਦੇ। ਕਹਿੰਦੇ ਜੀ ਸਾਨੂੰ ਪਹਿਲਾਂ ਪਤਾ ਹੀ ਨਹੀਂ ਲੱਗਾ ਕਿ ਫਿਲਮ ਸਰਟੀਫਿਕੇਟ ਬੋਰਡ ਨੇ, ਜਿਹੜਾ ਸਰਟੀਫਿਕੇਸ਼ਨ ਬੋਰਡ ਨੇ ਸਰਟੀਫਿਕੇਟ ਦੇ ਦਿੱਤਾ। ਹਾਈ ਕੋਰਟ ਦੇ ਅਤੇ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਦੀ ਟਿੱਪਣੀ ਹੈ ਕਿ ਇਹ ਕਿੱਦਾਂ ਮੰਨ ਲਈਏ ਕਿ ਸ਼੍ਰੋਮਣੀ ਕਮੇਟੀ ਨੂੰ ਪਤਾ ਹੀ ਨਹੀਂ ਲੱਗਾ ਕਿ ਉੱਥੋਂ ਸਰਟੀਫਿਕੇਟ ਜਾਰੀ ਹੋ ਗਿਆ। ਹੋਰ ਸ਼੍ਰੋਮਣੀ ਕਮੇਟੀ ਨੂੰ ਸਭ ਪਤਾ ਲੱਗ ਜਾਂਦਾ ਜੀ, ਸ਼੍ਰੋਮਣੀ ਕਮੇਟੀ ਨੂੰ ਇਹ ਪਤਾ ਹੀ ਨਹੀਂ ਲੱਗਾ। ਇੱਕੋ ਅਸੀਂ ਪੰਜਾਬੀ 'ਚ ਮੁਹਾਵਰਾ ਸੁਣਿਆ ਸੀ, ਜੱਟ ਮਚਲਾ ਖੁਦਾ ਨੂੰ ਲੈ ਗਏ ਚੋਰ, ਇੱਥੇ ਜੱਟ ਮਚਲਾ ਖੁਦਾ ਨੂੰ ਲੈ ਗਏ ਚੋਰ ਵਾਲੀ ਗੱਲ, ਕਿਹਾ ਸਾਨੂੰ ਪਤਾ ਹੀ ਨਹੀਂ ਲੱਗਾ ਕੀ ਹੋ ਗਿਆ। ਲੋਕਾਂ ਵਿੱਚ ਜਾ ਕੇ ਪੁੱਛਿਆ ਜਾਵੇ, ਉਹ ਕਹਿੰਦੇ ਜੀ ਇੱਕ ਬਿਜ਼ਨਸ ਚੱਲ ਪਿਆ, ਕਦੇ ਕਿਸੇ ਫਿਲਮ 'ਤੇ ਕਦੇ ਕਿਸੇ ਫਿਲਮ 'ਤੇ ਟਿੱਪਣੀ ਕਰ ਦਿੰਦੇ ਆ, ਇਹ ਨਹੀਂ ਚੱਲਣ ਦੇਣੀ। ਮੁੜ ਕੇ ਗੱਲਬਾਤ ਹੁੰਦੀ ਆ, ਗੱਲਬਾਤ ਹੁੰਦੀ ਆ ਕਿ ਅੰਦਰ ਖਾਤੇ ਕੁਝ ਲੈਣ ਦੇਣ ਹੁੰਦਾ, ਫਿਰ ਉਹ ਫਿਲਮ ਚੱਲ ਪੈਂਦੀ ਆ। ਆਹ ਪਿਛਲੇ 10 ਸਾਲਾਂ 'ਚ ਕੱਢ ਕੇ ਤਾਂ ਵੇਖ ਲੈਣ ਕਿ ਹੁਣ ਤੱਕ ਕਿੰਨੀਆਂ ਫਿਲਮਾਂ 'ਤੇ ਇਤਰਾਜ਼ ਕੀਤਾ, ਇਤਰਾਜ਼ ਤੋਂ ਬਾਅਦ ਉਹ ਫਿਲਮਾਂ ਫਿਰ ਚੱਲੀਆਂ ਨੇ। ਔਰ ਫਿਲਮਾਂ ਚਲਾਉਣ ਵਾਸਤੇ ਇੱਕ ਵਾਰੀ ਤਾਂ ਇਹ ਵੀ ਹੋ ਗਿਆ ਕਿ ਇੱਕ ਫਿਲਮ 'ਤੇ ਇਤਰਾਜ਼ ਸ਼੍ਰੋਮਣੀ ਕਮੇਟੀ ਨੇ ਵੀ ਕਰਤਾ, ਦਿੱਲੀ ਕਮੇਟੀ ਨੇ ਵੀ ਕਰਤਾ ਜੀ, ਉਹ ਕਹਿਣ ਅਸੀਂ ਗੱਲ ਕਰਨੀ, ਉਹ ਕਹਿਣ ਅਸੀਂ ਕਰਨੀ ਆ, ਫਿਰ ਦੋਵਾਂ ਨੂੰ ਪਾਸੇ ਕਰਕੇ ਅਤੇ ਗੱਲ ਨਿਬੇੜਨ ਵਾਸਤੇ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿੱਤਾ ਗਿਆ ਕਿ ਅਕਾਲੀ ਦਲ ਦਾ ਪ੍ਰਧਾਨ ਹੈ ਜੀ, ਸਾਂਝਾ ਬੰਦਾ ਇਹ ਨਿਬੇੜ ਆਵੇਗਾ। ਇਹ ਕੀ ਹੁੰਦਾ ਪਿਆ, ਲੋਕ ਮੂੰਹ ਮੂੰਹ ਕਹਿੰਦੇ ਆ ਕਿ ਸ਼ਿਕਾਇਤਾਂ ਤੋਂ ਬਾਅਦ ਚਿੱਠੀਆਂ ਜਾਂਦੀਆਂ, ਚਿੱਠੀਆਂ ਤੋਂ ਬਾਅਦ ਲੈਣ ਦੇਣ ਹੁੰਦਾ। ਔਰ ਬੰਗਲੌਰ ਦਾ ਕੇਸ ਜਿਹੜੇ ਇੱਕ ਸਿੱਖ ਨੂੰ ਕੱਢਿਆ ਗਿਆ ਸੀ ਸਿੱਖੀ 'ਚੋਂ, ਉਹਦੇ ਕੇਸ ਵਿੱਚ ਤਾਂ ਸਾਬਤ ਹੋ ਗਿਆ, ਕਹਿੰਦਾ ਜਹਿਦਾਰ ਦੇ ਪੀਏ ਦੇ ਨਾਂ ਦੇ ਉੱਤੇ ਮੈਂ ਅਕਾਊਂਟ 'ਚ ਪੈਸੇ ਜਮ੍ਹਾਂ ਕਰਾਏ ਆ। ਮੁੜ ਕੇ ਆਖਣ ਨਹੀਂ ਜੀ ਉਹ ਨਿੱਜੀ ਲੈਣ ਦੇਣ, ਨਿੱਜੀ ਲੈਣ ਦੇਣ ਕਾਹਦਾ ਹੁੰਦਾ, ਜਿਹਦੇ ਖਿਲਾਫ਼ ਸ਼ਿਕਾਇਤ ਆਈ ਆ ਉਸ ਬੰਦੇ ਨਾਲ ਤੁਹਾਡਾ ਨਿੱਜੀ ਲੈਣ ਦੇਣ ਕਾਹਦਾ। ਅਤੇ ਮੁੜ ਕੇ ਉੱਥੇ ਕਰੈਕਟਰ ਦਾ ਦੋਸ਼ ਲਾ ਕੇ ਕਹਿੰਦੇ ਜੀ ਤੈਨੂੰ ਸਿੱਖੀ ਦੇ ਤੇਰੇ ਖਿਲਾਫ਼ ਕਾਰਵਾਈ ਕਰਨੀ ਹੈ। ਇਹਨਾਂ ਨੇ ਜਿਹੜਾ ਹੁਣ ਤਾਜ਼ਾ ਹੁਕਮਨਾਮਾ ਜਾਰੀ ਕੀਤਾ, ਉਹਦੇ ਵਿੱਚ ਲਿਖ ਦਿੱਤਾ ਕਿ ਇਹ ਫਿਲਮ ਸਿੱਖੀ ਦਾ ਘਾਣ ਕਰਨ ਦੀ ਇੱਕ ਸਾਜਿਸ਼ ਦਾ ਹਿੱਸਾ ਜੀ, ਸਾਜਿਸ਼ ਦਾ ਹਿੱਸਾ। ਸਾਜਿਸ਼ਾਂ ਕੌਣ ਕਰਦਾ, ਬਾਹਰੋਂ ਕਰਦਾ ਕੋਈ? ਅੰਮ੍ਰਿਤਸਰ 'ਚ ਝਾਤੀ ਮਾਰਨੀ ਚਾਹੀਦੀ ਹੈ, ਸਾਜਿਸ਼ਾਂ ਇੱਥੇ ਹੋ ਰਹੀਆਂ। ਪਹਿਲਾਂ ਤੁਸੀਂ ਚਿੱਠੀਆਂ ਲਿਖਦੇ ਆ, ਫਿਰ ਸੱਦਦੇ ਆ, ਫਿਰ ਪਤਾ ਨਹੀਂ ਕੀ ਸੌਦੇ ਹੁੰਦੇ ਆ, ਉਹ ਤੋਂ ਬਾਅਦ ਚਿੱਠੀਆਂ ਜਿਹੜੀਆਂ ਨੇ ਉਹ ਰੱਦ ਹੋ ਜਾਂਦੀਆਂ ਜੀ। ਔਰ ਸੱਚੇ ਸੌਦੇ ਵਾਲਿਆਂ ਨੇ ਚਿੱਠੀ ਵੀ ਨਹੀਂ ਭੇਜੀ, ਉਹਦੀ ਚਿੱਠੀ ਆਪੇ ਬਣਾ ਕੇ ਆਪੇ ਉਹਨੂੰ ਮਾਫ਼ ਕਰਤਾ, ਆਪੇ ਮੁੜ ਕੇ ਮਾਫ਼ੀਨਾਮਾ ਰੱਦ ਕਰਤਾ। ਇਹ ਸਾਜਿਸ਼ਾਂ ਦੇ ਨਾਂ 'ਤੇ ਸਿੱਖਾਂ ਨੂੰ ਭੜਕਾਇਆ ਜਾ ਰਿਹਾ, ਉਕਸਾਇਆ ਜਾ ਰਿਹਾ, ਔਰ ਉਕਸਾ ਕੇ ਉਹਨਾਂ ਨੂੰ ਉਲਝਣਾਂ 'ਚ ਫਸਾਇਆ ਜਾ ਰਿਹਾ। ਸਾਰਿਆਂ ਦੇ ਸਾਰੇ ਜਿਹੜੇ ਰੱਫੜ ਨੇ ਉਹਨਾਂ ਦੀ ਜੜ੍ਹ ਜਿਹੜੀ ਆ ਉਹ ਇੱਥੇ ਅੰਮ੍ਰਿਤਸਰ ਦੇ ਵਿੱਚ ਲੱਗੀ ਪਈ ਹੈ। ਗੁਰੂ ਕੀ ਨਗਰੀ ਨੂੰ ਜਿਹੜਾ ਹੈਗਾ, ਗੁਰੂ ਸਾਹਿਬ ਨੇ ਆਖਿਆ ਸੀ ਸੁੱਖ ਵਸਦੀ ਰਾਮਦਾਸ ਗੁਰੂ ਤੇਰੀ ਨਗਰੀ, ਇੱਥੇ ਇਹ ਹੈ ਕਿ ਇਹ ਜਿਹੜੇ ਲੋਕ ਧਰਮ ਦੇ ਨਾਂ ਦੇ ਉੱਤੇ ਜਿਨ੍ਹਾਂ ਦੇ ਕੋਲ ਜ਼ਿੰਮੇਵਾਰੀਆਂ ਨੇ, ਜਿਨ੍ਹਾਂ ਕੋਲ ਪਦਵੀਆਂ ਨੇ, ਜਿਨ੍ਹਾਂ ਕੋਲ ਅਹੁਦੇ ਆ, ਸ਼੍ਰੋਮਣੀ ਕਮੇਟੀ ਦਾ ਇੱਕ ਪ੍ਰਧਾਨ ਆਉਂਦਾ ਉਹ ਆਪਣੇ ਪਿਛਲੇ 5 ਪ੍ਰਧਾਨਾਂ ਦੇ ਉੱਤੇ ਦੋਸ਼ ਲਾਈ ਜਾਂਦਾ, ਜਿੰਨਾ ਕੂੜਾ ਉਹਨਾਂ 'ਤੇ ਸੁੱਟੀ ਜਾਂਦਾ, ਜਿਹੜਾ ਆ ਜਾਂਦਾ ਆਪਣੇ ਤੋਂ ਪਹਿਲਾਂ ਸੁੱਟੀ ਜਾਂਦਾ। ਇੱਕ ਸਾਡੇ ਕੋਲ ਇਹੋ ਜਿਹੀ ਪ੍ਰਧਾਨ ਆ ਜਿਹਨੂੰ ਅਦਾਲਤ ਨੇ ਕੈਦ ਦੀ ਸਜ਼ਾ ਦਿੱਤੀ ਹੋਈ ਹੈ, ਉਹ ਜਿਹੜੀ ਆ ਹੁਣ ਇਸ ਫਿਲਮ ਨਾਲ ਵੀ ਜੁੜ ਗਈ ਹੈ ਕਿਉਂਕਿ ਫਿਲਮ ਦਾ ਪ੍ਰੋਮੋ ਜਾਰੀ ਹੋਇਆ ਅਤੇ ਉਹ ਬੀਬੀ ਉੱਥੇ ਖਲੋਤੀ ਹੈ ਅਤੇ ਕਹਿੰਦੀ ਨਹੀਂ ਮੈਂ ਤਾਂ 5 ਸੈਕਿੰਡ ਵੇਖੀ ਸੀ, 5 ਸੈਕਿੰਡ ਉੱਥੇ ਉਹ ਤੁਸੀਂ ਕੋਈ ਸ਼ਗਨ ਵਿਹਾਰ ਕਰਨ ਗਏ ਸੀ, ਕਾਹਦੇ ਲਈ ਗਏ ਸੀ ਪਤਾ ਲੱਗੇ ਤੁਹਾਨੂੰ, ਕਿਉਂ ਕਿਹਨੇ ਸੱਦਿਆ ਸੀ ਕਿ ਕਿਉਂ ਗਏ, ਐਡਾ ਉੱਚੇ ਚੀਜ਼ ਤੁਹਾਨੂੰ ਜਾਣ ਦੀ ਉੱਥੇ ਲੋੜ ਕਿਉਂ ਪਈ? ਔਰ ਅਕਾਲ ਤਖ਼ਤ ਦੇ ਜਹਿਦਾਰ ਨੇ ਉਹਨੂੰ ਨਹੀਂ ਪੁੱਛਿਆ ਕਿ ਬੀਬੀ ਜੀ ਤੁਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਸੀ, ਤੁਹਾਨੂੰ ਰਾਹ ਰੀਤਾਂ ਦਾ ਪਤਾ ਨਹੀਂ, ਜਿਹਦੇ ਖਿਲਾਫ਼ ਚਿੱਠੀਆਂ ਜਾਰੀ ਹੁੰਦੀਆਂ, ਤੁਸੀਂ ਉੱਥੇ ਕਿਉਂ ਗਏ? ਇਹ ਸਾਰਾ ਕੁਝ ਜੋ ਕੀਤਾ ਗ੍ਰਹਿ, ਸਾਰੇ ਵਿਗਾੜ ਦੀ ਜੜ੍ਹ ਇੱਥੇ ਲੱਗੀ ਪਈ ਹੈ। ਇਹਨਾਂ ਨੂੰ ਆਪਣੀ ਬੁੱਕਲ 'ਚ ਝਾਤੀ ਮਾਰਨੀ ਚਾਹੀਦੀ ਹੈ, ਗਿਰੇਬਾਨ 'ਚ ਵੇਖਣਾ ਚਾਹੀਦਾ ਸਿਰ ਨੀਵਾਂ ਕਰਕੇ, ਅਤੇ ਫਿਰ ਵੇਖਣਾ ਚਾਹੀਦਾ ਕਿ ਜਿਹੜਾ ਗੁਨਾਹ ਸਾਡੇ ਕੋਲ ਹੈ ਉਹ ਗੁਨਾਹ ਅਸੀਂ ਦੂਸਰਿਆਂ ਦੇ ਸਿਰ ਥੱਪਦੇ ਪਏ ਹਾਂ। ਉਹ ਜਿਹੜਾ ਬੰਦਾ ਉਹਦੀ ਫਿਲਮ ਚੰਗੀ ਆ ਮਾੜੀ, ਮੈਂ ਉੱਤੇ ਕੋਈ ਟਿੱਪਣੀ ਨਹੀਂ ਕਰਦਾ, ਉਹਦੀ ਫਿਲਮ 'ਚ 100 ਨੁਕਸ ਹੋਣ, ਪਰ 101ਵਾਂ ਨੁਕਸ ਜਿਹੜਾ ਫਿਰ ਇੱਥੇ ਆ ਕਿ ਇਹਨਾਂ ਨੇ ਪਹਿਲਾਂ ਚਿੱਠੀਆਂ ਲਿਖੀਆਂ, ਫਿਰ ਮਾਫ਼ੀਆਂ ਦਿੱਤੀਆਂ, ਫਿਰ ਥਾਪੜੇ ਦਿੱਤੇ, ਫਿਰ ਮੁੜ ਕੇ ਅੰਦਰ ਖਾਤੇ ਗੱਲਬਾਤ ਕਰਕੇ
ਇਹਦੇ ਨਾਲ ਦੁਨੀਆ ਭਰ ਦੇ ਸਿੱਖਾਂ ਦੇ ਸਾਹਮਣੇ ਇੰਨੀਆਂ ਉਲਝਣਾਂ ਵਧਾਈ ਜਾਂਦੇ ਆ। ਔਰ ਇਹ ਵੱਧ ਇਸ ਕਰਕੇ ਰਹੀ ਹਾਂ ਕਿਉਂਕਿ ਸ਼੍ਰੋਮਣੀ ਕਮੇਟੀ ਹੁਣ ਸ਼੍ਰੋਮਣੀ ਕਮੇਟੀ ਨਹੀਂ, ਇੱਕ ਪਰਿਵਾਰ ਦਾ ਬਣਾਇਆ ਹੋਇਆ ਇੱਕ ਸੈੱਲ ਜਿਹਾ ਬਣ ਕੇ ਰਹਿ ਗਈ ਹੈ। ਜਦ ਤੱਕ ਇੱਕ ਪਰਿਵਾਰ ਦੀ ਜਕੜ 'ਚੋਂ ਬਾਹਰ ਨਹੀਂ ਨਿਕਲਦੀ, ਉਨ੍ਹਾਂ ਚਿਰ ਤੱਕ ਇਹਤੋਂ ਕੋਈ ਭੱਲੇ ਦੀ ਆਸ ਨਹੀਂ ਹੁੰਦੀ। ਜੀ ਪੰਨੂ ਸਾਹਿਬ, ਅਗਲੇ ਸਵਾਲ ਤੋਂ ਪਹਿਲਾਂ ਸਾਨੂੰ ਰੁਕਣਾ ਪਏਗਾ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਮੇਰਾ ਹੋ ਚੱਲਿਆ ਛੋਟੇ ਜਿਹੇ ਬ੍ਰੇਕ ਦਾ, ਜਲਦ ਵਾਪਸ ਆਵਾਂਗੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਪੰਨੂ ਸਾਹਿਬ, ਯੂਪੀ ਦੀ ਗੱਲ ਕਰਦੇ ਹਾਂ। ਯੂਪੀ ਦੇ ਵਿੱਚ ਇੱਕ ਭਾਜਪਾ ਨੇਤਾ ਕੁਲਦੀਪ ਸੇਂਗਰ ਨੇ ਉਹਨਾਂ ਦੇ ਉੱਤੇ ਬਲਾਤਕਾਰ ਦਾ ਦੋਸ਼ ਲੱਗਿਆ। ਇੰਝ ਲੱਗ ਰਿਹਾ ਕਿ ਸਰਕਾਰ ਉਹਨਾਂ ਨੂੰ ਬਚਾਉਣ ਦੇ ਵਿੱਚ ਲੱਗੀ ਹੋਈ ਹੈ। ਦੂਜੇ ਪਾਸੇ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਇਸ ਮੁੱਦੇ ਦੇ ਉੱਤੇ ਪੂਰਾ ਦੇਸ਼ ਉਬਲਦਾ ਹੋਇਆ ਦਿਖਾਈ ਦੇ ਰਿਹਾ। ਤੁਸੀਂ ਇਸ ਪੂਰੇ ਮਾਮਲੇ ਨੂੰ ਕਿਸ ਤਰ੍ਹਾਂ ਦੇਖੋਗੇ? ਦੇਖੋ, ਅੱਜ ਤੜਕੇ ਉਹਨੂੰ ਗ੍ਰਿਫਤਾਰ ਕਰ ਲਿਆ CBI ਨੇ। ਇਹਦੇ ਤੋਂ 24 ਘੰਟੇ ਪਹਿਲਾਂ ਜੀ ਅੱਧੀ ਰਾਤ ਦੇ ਵਕਤ, ਅੱਜ ਵੀ ਤੇ ਅੱਧੀ ਰਾਤ ਹੀ ਆ, ਤੜਕੇ 4 ਵਜੇ ਗ੍ਰਿਫਤਾਰ ਕੀਤਾ ਜੀ। 24 ਨਹੀਂ 26 ਘੰਟੇ ਪਹਿਲਾਂ ਕਹਿ ਲਓ, ਅੱਧੀ ਰਾਤ ਉਹ ਜ਼ਿਲ੍ਹੇ ਦੇ ਪੁਲਿਸ ਮੁਖੀ SSP ਦੀ ਕੋਠੀ ਗਿਆ ਅਤੇ ਸਾਰੇ ਪ੍ਰੈਸ ਵਾਲੇ ਪਹੁੰਚ ਗਏ ਕਿ ਉਹ ਸਰੈਂਡਰ ਕਰਨ ਗਿਆ ਕਿ ਮੈਂ ਆਤਮ ਸਮਰਪਣ ਕਰ ਰਿਹਾ ਜੀ, ਮੇਰੇ 'ਤੇ ਕੇਸ ਹੈ। ਅਤੇ ਉੱਥੇ ਆ ਕੇ ਜ਼ਿਲ੍ਹੇ ਦੇ ਪੁਲਿਸ ਮੁਖੀ ਨੂੰ ਮਿਲ ਕੇ ਅਤੇ ਬੜੇ ਆਰਾਮ ਨਾਲ ਕਹਿੰਦਾ ਮੈਂ ਕੋਈ ਦੋਸ਼ੀ ਹਾਂ, ਘਰ ਨੂੰ ਤੁਰ ਗਿਆ। ਹੁਣ ਜੇ ਇਹ ਗੱਲ ਹੋਵੇ, ਜਦੋਂ ਉਹਦੇ ਖਿਲਾਫ਼ ਕੇਸ ਦਰਜ ਹੋਇਆ, ਜਦੋਂ ਹਾਈਕੋਰਟ ਝਟਕਾਂ ਦਿੰਦੀ ਪਈ ਤੁਸੀਂ ਕਰਦੇ ਕਿਉਂ ਨਹੀਂ, ਜਦੋਂ 24 ਘੰਟੇ ਬਾਅਦ CBI ਗ੍ਰਿਫਤਾਰ ਕਰਨ ਆ ਗਈ ਆ, ਅਤੇ ਜਿਹੜਾ ਜ਼ਿਲ੍ਹੇ ਦਾ ਪੁਲਿਸ ਮੁਖੀ ਆ ਉਹ ਅਜੇ ਤੱਕ ਸਸਪੈਂਡ ਕਿਉਂ ਨਹੀਂ ਕੀਤਾ ਗਿਆ, ਉਹਨੂੰ ਅਜੇ ਤੱਕ ਆਪਣੇ ਘਰ ਕਿਉਂ ਨਹੀਂ ਭੇਜਿਆ ਗਿਆ ਜੀ? ਇਹੋ ਜਿਹੇ ਦੋਸ਼ੀ ਨੂੰ ਆਪਣੇ ਦਰਵਾਜ਼ੇ ਤੋਂ ਉਹਨੇ ਮੁੜ ਕਿੱਦਾਂ ਜਾਣ ਦਿੱਤਾ? ਇਸ ਕਰਕੇ ਮੁੜ ਜਾਣ ਦਿੱਤਾ ਕਿ ਉਹ ਦੋਸ਼ੀ ਇਕੱਲਾ MLA ਨਹੀਂ ਗਾ, ਉਹ ਰਾਜਘਰ ਦੀ ਪਾਰਟੀ ਦਾ MLA ਆ ਅਤੇ ਰਾਜਘਰ ਦੀ ਪਾਰਟੀ ਵਿੱਚੋਂ ਵੀ ਮੁੱਖ ਮੰਤਰੀ ਦਾ ਖਾਸ ਉਲ ਖਾਸ MLA ਜੀ। ਨਹੀਂ ਤਾਂ ਉਹਨੂੰ ਭਲਾ ਇੱਦਾਂ ਹੱਥ ਹੀ ਨਾ ਪੈ ਜਾਂਦਾ। ਇਹ ਛੋਟੀ ਜਿਹੀ ਗੱਲ ਹੈ ਕਿ ਭਾਜਪਾ ਦੇ ਇੱਕ ਬੇਹੱਦ ਬੇਸ਼ਰਮ ਲੀਡਰ ਨੇ ਇੱਥੋਂ ਤੱਕ ਕਹਿਤਾ ਕਿ ਜਿਹੜੀ ਔਰਤ ਕਹਿੰਦੀ ਹੈ ਕਿ ਮੇਰੇ ਨਾਲ ਬਲਾਤਕਾਰ ਹੋਇਆ, 3 ਬੱਚਿਆਂ ਦੀ ਮਾਂ, 3 ਬੱਚਿਆਂ ਦੀ ਮਾਂ ਨਾਲ ਵੀ ਕੋਈ ਬਲਾਤਕਾਰ ਕਰਦਾ, ਇਹ ਕਿਹੜਾ ਪੈਮਾਨਾ ਉਹਨੇ ਰੱਖਤਾ? ਇਹ ਨਵਾਂ ਪੈਮਾਨਾ BJP ਨੇ ਦੇ ਦਿੱਤਾ ਉਹਨੂੰ? ਇੱਦਾਂ ਦੀ ਗੱਲ ਕਹਿਣ ਤੋਂ ਪਹਿਲਾਂ ਉਹਨੂੰ 10 ਵਾਰ ਸੋਚਣਾ ਚਾਹੀਦਾ ਸੀ। ਤੀਸਰੀ ਗੱਲ, ਇਹਦੇ 'ਚ BJP ਦੀ ਸੈਂਟਰਲ ਲੀਡਰਸ਼ਿਪ ਹੁਣ ਤੱਕ ਨਹੀਂ ਬੋਲੀ। ਔਰ ਕਠੂਏ 'ਚ 8 ਸਾਲ ਦੀ ਬੱਚੀ ਨਾਲ ਰੇਪ ਹੋ ਗਿਆ, ਆਖੀ ਜਾਂਦੇ ਜੀ ਪਾਕਿਸਤਾਨ ਦੀ ਸਾਜ਼ਿਸ਼ ਹੈ। ਇੱਥੇ UP 'ਚ ਕਿਹਦੀ ਸਾਜ਼ਿਸ਼ ਆਖੋਗੇ? ਪਾਕਿਸਤਾਨ ਏਡੀ ਦੂਰ ਆ ਕੇ ਸਾਜ਼ਿਸ਼ ਕਰਕੇ? ਇਹ UP ਹੈ ਜਿਹਨੂੰ ਜਿਹੜਾ ਆਉਂਦਾ ਕਹਿੰਦਾ ਉੱਤਮ ਪ੍ਰਦੇਸ਼ ਬਣਾਉਣਾ, ਪਰ ਉੱਤਮ ਪ੍ਰਦੇਸ਼ ਦੀ ਬਜਾਏ ਪੌੜੀਆਂ ਉੱਤਰ ਦਾ ਪ੍ਰਦੇਸ਼ ਬਣਿਆ ਪਿਆ। ਇਸ UP 'ਚ ਇੱਕ ਵਾਰੀ ਇੱਕ ਇਸਤਰੀ ਲੀਡਰ ਨੇ ਇਹ ਆਖਿਆ ਸੀ ਮੁੱਖ ਮੰਤਰੀ ਨੂੰ ਕਿ ਤੂੰ ਆਪਣੀ ਭਾਣਜੀ ਜਾਂ ਭਤੀਜੀ ਨਾਲ ਬਲਾਤਕਾਰ ਕਰਵਾ ਲਾ, 3 ਮਹੀਨੇ ਪੈਸੇ ਦਊਂਗੀ। ਅਤੇ ਜਦੋਂ ਉਹ ਮੁੱਖ ਮੰਤਰੀ ਬਣ ਗਈ ਤਾਂ ਦੂਸਰੀ ਇਸਤਰੀ ਲੀਡਰ ਨੇ ਆਖਿਆ ਸੀ ਹੋ ਜਾਏ ਤੇਰਾ ਬਲਾਤਕਾਰ ਅਤੇ ਮੈਂ ਇੰਨੇ ਪੈਸੇ ਦਊਂਗੀ। ਇਹ ਉਹ UP ਆ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਵਾਈਸ ਪ੍ਰੈਜੀਡੈਂਟ ਨੇ ਵਿਰੋਧੀ ਧਿਰ ਦੀ ਲੀਡਰ ਨੂੰ ਅਤੇ ਸਾਬਕਾ ਮੁੱਖ ਮੰਤਰੀ ਨੂੰ ਵੇਸਵਾ ਤੋਂ ਭੈੜੀ ਆਖਿਆ ਸੀ। ਇਹ ਉਹ UP ਆ ਜਿਹਦੇ ਵਿੱਚ ਇਸ ਤਰ੍ਹਾਂ ਦਾ ਗੰਦ ਕੁਛ ਵੀ ਆਖਿਆ ਜਾ ਸਕਦਾ। ਉੱਥੇ ਇੱਕ BJP ਦਾ ਲੀਡਰ ਹੈ ਚਿੰਨਮੈ ਆਨੰਦ, ਉੱਥੇ ਬਲਾਤਕਾਰ ਦਾ ਕੇਸ ਚੱਲਦਾ ਕਈਆਂ ਸਾਲਾਂ ਦਾ। ਚਿੰਨਮੈ ਆਨੰਦ ਜੇਲ੍ਹ 'ਚ ਹੋਣਾ ਚਾਹੀਦਾ ਕਿਉਂਕਿ BJP ਦਾ ਲੀਡਰ ਹੈ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨੇੜੇ ਆ। ਯੋਗੀ ਆਦਿੱਤਿਆਨਾਥ ਆ 5 ਦਿਨ ਪਹਿਲਾਂ ਉਹਦੇ ਡੇਰੇ 'ਚ ਗਿਆ ਚਿੰਨਮੈ ਆਨੰਦ ਦੇ, ਅਤੇ ਆਪੋ 'ਚ ਗੱਲਬਾਤ ਹੋਈ ਅਤੇ ਆਉਂਦਿਆਂ ਸਾਰ ਹੀ ਯੋਗੀ ਆਦਿੱਤਿਆਨਾਥ ਨੇ ਆਰਡਰ ਕਰਤਾ ਕਿ ਬਲਾਤਕਾਰ ਕੇਸ ਵਾਪਸ ਲਿਆ ਜਾਵੇ ਜੀ। ਅਤੇ ਜਿਹੜਾ ਪੁਰਾਣਾ ਮੰਤਰੀ ਆ ਸਮਾਜਵਾਦੀ ਪਾਰਟੀ ਵਾਲਾ ਆਜ਼ਮ ਖਾਨ, ਉਹ ਕਹਿੰਦਾ ਇੱਕ ਇੱਕ ਕਰਕੇ ਕਿਉਂ ਲੈਂਦੇ ਹੋ ਤੁਸੀਂ? ਉੱਕਾ ਪੁੱਕਾ ਹੀ ਕਹਿ ਦਿਓ ਕਿ BJP ਵਾਲਿਆਂ ਸਾਰਿਆਂ ਦੇ ਖਿਲਾਫ਼ ਜਿਹੜੇ ਇਹੋ ਜਿਹੇ ਕੇਸ ਵਾਪਸ ਲੈ ਜਾਣ। ਅੱਗੋਂ ਤੁਹਾਨੂੰ ਹੋਰ ਕਮਾਲ ਦੀ ਗੱਲ ਦੱਸਾਂ, ਚਿੰਨਮੈ ਆਨੰਦ ਹੋਵੇ, ਅੜਾ ਕੁਲਦੀਪ ਸੇਂਗਰ ਹੈ, ਇਹਦੇ ਅਸੈਂਬਲੀ ਹਲਕੇ ਨੂੰ ਨਾ ਵੇਖੋ, ਇਹ ਜ਼ਿਲ੍ਹੇ ਕਿਹੜੇ 'ਚੋਂ ਆ? ਉਨਾਓ 'ਚੋਂ। ਉਨਾਓ ਜ਼ਿਲ੍ਹਾ ਹਮੇਸ਼ਾ ਤੋਂ ਲੈ ਕੇ ਵਿਵਾਦਾਂ 'ਚ ਰਿਹਾ। ਪਹਿਲੀ ਗੱਲ ਤਾਂ ਇਹ ਕਿ ਉੱਥੇ BJP ਦਾ ਸਾਕਸ਼ੀ ਮਹਾਰਾਜ ਆ ਜੀ, ਜਿਹੜਾ ਹਮੇਸ਼ਾ ਚਰਚਾ 'ਚ ਰਹਿੰਦਾ, ਉਹ ਇਸ ਵੇਲੇ ਵੀ ਪਾਰਲੀਮੈਂਟ ਮੈਂਬਰ ਹੈ ਜੀ, ਉਹਨਾਂ ਦੇ ਬਿਆਨ ਉਹ ਕਦੇ ਚਰਚਿਆਂ 'ਚੋਂ ਨਹੀਂ ਨਿਕਲਦਾ। ਦੂਜੀ ਗੱਲ, ਜਦੋਂ ਕੇਜਰੀਵਾਲ ਨੇ ਆਖਿਆ ਸੀ ਕਿ ਦੇਸ਼ ਦੇ ਵਿੱਚ ਸਭ ਤੋਂ ਵੱਡਾ ਇਨਕਮ ਟੈਕਸ ਫਰਾਡ ਹੋਇਆ,
ਉਹਦੇ 'ਚ ਕਾਂਗਰਸ ਪਾਰਟੀ ਵੀ ਸ਼ਾਮਿਲ ਹੈ ਅਤੇ ਬੀਜੇਪੀ ਵੀ ਸ਼ਾਮਿਲ ਹੈ ਅਤੇ ਦੇਸ਼ ਦਾ ਸਭ ਤੋਂ ਵੱਡਾ ਇੰਡਸਟਰੀਅਲ ਘਰਾਣਾ ਦੋਵੇਂ ਭਰਾ ਉਹ ਵੀ ਸ਼ਾਮਿਲ ਨੇ ਜੀ। ਉਸ ਫਰਾਡ ਤੋਂ ਬਾਅਦ ਇਨਕਮ ਟੈਕਸ ਅਫਸਰ ਜਿਹੜਾ ਸਭ ਤੋਂ ਵੱਡਾ ਫਰਾਡੀਆ ਸੀ ਉਹਦੀ ਘਰਵਾਲੀ ਨੂੰ ਰਾਹੁਲ ਗਾਂਧੀ ਦੀ ਟੀਮ ਵੱਲੋਂ ਟਿਕਟ ਦੇ ਕੇ ਪਾਰਲੀਮੈਂਟ ਮੈਂਬਰ ਬਣਾਇਆ ਗਿਆ, ਉਹ ਵੀ ਇਸੇ ਉਨਾਓ 'ਚੋਂ ਬਣਾਇਆ ਗਿਆ ਸੀ ਜੀ। ਹੋਰ ਸੁਣ ਲਓ, ਇੱਕ ਸਾਧ ਨੇ ਉੱਥੇ ਜਾ ਕੇ ਰੌਲਾ ਪਾ ਦਿੱਤਾ ਕਿ ਇੱਥੇ ਇੱਕ ਦਰਗਾਹ ਹੈ, ਦਰਗਾਹ ਦੀ ਜੜ੍ਹ ਦੇ ਵਿੱਚ 2000 ਕੁਇੰਟਲ ਸੋਨਾ ਦੱਬਿਆ ਪਿਆ, ਮਨਮੋਹਨ ਸਿੰਘ ਦੀ ਸਰਕਾਰ ਸੀ, ਮੰਗਲ ਤਾਰੇ ਨੂੰ ਉਪਗ੍ਰਹਿ ਤੋਰਦੇ ਆ, ਚੰਦਰਮਾ ਦੀ ਖੋਜ ਕਰਦੇ ਆ, ਅਤੇ ਇਹਨਾਂ ਨੇ ਕੀਤਾ ਕਿ ਦਿੱਲੀ ਤੋਂ ਕਰੇਨਾ ਮਸ਼ੀਨਾਂ ਭੇਜੀਆਂ, ਨਾਲ ਹਵਨ ਕਰਨ ਵਾਲੇ ਭੇਜੇ, 8 ਦਿਨ ਉਹ ਦਰਗਾਹ ਦੇ ਥੱਲਿਓਂ ਵੜ ਵੜ ਕੇ ਮਿਲਟਰੀ ਲਾ ਲਾ ਕੇ ਲੱਭਦੇ ਰਹਿ ਕੇ 2000 ਟਨ ਸੋਨਾ ਲੱਭ ਜੂਗਾ, ਉਹ ਵੀ ਉਨਾਓ ਇੱਥੇ ਸੀ। ਇਹ ਇਹ MLA ਕੁਲਦੀਪ ਸਿੰਘ ਉੱਥੋਂ ਆਇਆ ਜੀ। ਯਾਨੀ ਜਿੱਥੇ ਇੰਨਾ ਅਨੇਰ ਖਾਤਾ, ਜਿੱਥੇ ਚਾਨਣ ਦੀ ਕੋਈ ਲੋਪ ਪਹੁੰਚੀ ਨਹੀਂ, ਜਿੱਥੇ ਅਕਲ ਦੀ ਗੱਲ ਹੈ ਹੀ ਕੋਈ ਨਹੀਂ, ਬਲਾਤਕਾਰ, ਭ੍ਰਿਸ਼ਟਾਚਾਰ, ਹੇਰਾਫੇਰੀ, ਧੱਕੇਸ਼ਾਹੀ, ਡਾਕਾਜਨੀ, ਹਰ ਗੰਦਾ ਕੰਮ ਉੱਥੇ ਹੋ ਸਕਦਾ, ਉੱਥੇ ਇੱਕ ਗੰਦਾ ਕੰਮ ਇਹ ਵੀ ਹੋ ਗਿਆ ਜਿਹੜਾ ਕਰਨ ਤੋਂ ਬਾਅਦ MLA ਠਾਠ ਨਾਲ ਕਹਿੰਦਾ ਮੈਂ ਰਾਜ ਕਰਦੀ ਪਾਰਟੀ ਦਾ ਮੇਰੀ ਵਾਹਵਲ ਕੋਈ ਨਹੀਂ ਵੇਖ ਸਕਦਾ, ਅਤੇ ਪਾਰਟੀ ਦੇ ਲੀਡਰ ਕਹਿੰਦੇ ਆ ਲੈ ਤਿੰਨ ਬੱਚਿਆਂ ਦੀ ਮਾਂ ਆ, ਤਿੰਨ ਜਵਾਕਾਂ ਦੀ ਮਾਂ ਨਾਲ ਕੌਣ ਬਲਾਤਕਾਰ ਕਰੇਗਾ। ਇਹ ਉਹ UP ਹੈ, ਸ਼ਰਮ ਆਉਂਦੀ ਆ ਕਿ ਇਹ ਉਹ UP ਆ ਜਿਹੜੀ ਸਾਡੇ ਦੇਸ਼ ਦਾ ਸਭ ਤੋਂ ਵੱਡਾ ਸੂਬਾ, ਅਤੇ ਇਹ ਉਹ UP ਆ ਜਿਹਨੇ ਹੁਣ ਤੱਕ ਦੇ ਪ੍ਰਧਾਨ ਮੰਤਰੀਆਂ ਵਿੱਚੋਂ ਅੱਧੇ ਤੋਂ ਵੱਧ ਹਿੱਸੇ ਨੇ ਦਿੱਤੇ ਹੋਏ ਆ, ਅਤੇ ਉਹ UP ਆ ਅਤੇ ਉੱਥੇ ਆਹ ਕੁਝ ਹੋ ਜਾਂਦਾ ਜੀ। ਮੈਨੂੰ ਸਭ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ, ਪਰ ਉਸ ਤੋਂ ਪਹਿਲਾਂ ਅਸੀਂ ਰੁਕਾਂਗੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਇੱਕ ਵਾਰ ਫਿਰ ਤੋਂ ਵੇਲਾ ਹੋ ਚੱਲਿਆ ਛੋਟੇ ਜਿਹੇ ਬ੍ਰੇਕ ਦਾ, ਜਲਦ ਵਾਪਸ ਆਵਾਂਗੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਪਨੂੰ ਸਾਹਿਬ, ਇਸ ਬੁੱਧਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਨੂੰ ਡਿਸਿਪਲਿਨ ਦਾ ਪੂਰਾ ਪਾਠ ਪੜਾਇਆ ਸੀ, ਅਤੇ ਉਸੇ ਹੀ ਦਿਨ ਪੰਜਾਬ ਕਾਂਗਰਸ ਦੇ ਪ੍ਰਧਾਨ ਜਾਖੜ ਦੀ ਪੁਲਿਸ ਵਾਲਿਆਂ ਦੇ ਵੱਲੋਂ ਬੇਇੱਜ਼ਤੀ ਕਰਨ ਦਾ ਇੱਕ ਮਾਮਲਾ ਸਾਹਮਣੇ ਆਇਆ ਸੀ ਕਿ ਉਹਨਾਂ ਦਾ ਫੋਨ ਰੁਕਵਾ ਦਿੱਤਾ ਗਿਆ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਦੇ ਲਈ ਗਏ ਸੀ, ਤੁਸੀਂ ਇਸ ਬਾਰੇ ਕੀ ਕਹੋਗੇ? ਦੇਖੋ, ਇੱਦਾਂ ਲੱਗਦਾ ਜਿਵੇਂ ਸਰਕਾਰ ਦੇ ਉੱਤੇ ਮੁੱਖ ਮੰਤਰੀ ਦੀ ਜਿਸ ਤਰ੍ਹਾਂ ਦੀ ਪਕੜ ਹੋਣੀ ਚਾਹੀਦੀ ਹੈ ਉਹ ਹੈ ਨਹੀਂ। ਜੇ ਪਕੜ ਹੋਵੇ ਤਾਂ ਇਸ ਤਰ੍ਹਾਂ ਦੀਆਂ ਜਿੰਨੀਆਂ ਕੁ ਗੱਲਾਂ ਸਾਹਮਣੇ ਆਉਂਦੀਆਂ ਉਹ ਆ ਨਹੀਂ ਸਕਦੀਆਂ। ਪਹਿਲਾਂ ਪੁਲਿਸ ਅਫਸਰਾਂ ਦੇ ਮਤਭੇਦ ਜੀ, ਔਰ ਮਤਭੇਦ ਇੰਨੇ ਵਧਣ ਕਿ ਇੱਕ ਦੂਸਰੇ ਦੇ ਖਿਲਾਫ ਜਾ ਕੇ ਹਾਈਕੋਰਟ 'ਚ ਕੇਸ ਕਰਨ। ਪੁਲਿਸ ਅਫਸਰਾਂ ਨੂੰ ਵੀ ਇਹ ਸਮਝ ਕਿਉਂ ਨਾ ਲੱਗੇ ਕਿ ਹਾਈਕੋਰਟ ਜਾਣ ਤੋਂ ਪਹਿਲਾਂ ਅਸੀਂ ਮੁੱਖ ਮੰਤਰੀ ਕੋਲ ਵੀ ਜਾ ਸਕਦੇ ਜੀ। ਹੁਣ ਮੁੱਖ ਮੰਤਰੀ ਨੇ ਮੀਟਿੰਗ ਕਰਾ ਕੇ ਕਿਹਾ ਕਿ ਤੁਹਾਨੂੰ ਕਿਸੇ ਨੂੰ ਕੋਈ ਰੋਸ ਆ ਤਾਂ ਆਪਣੇ DGP ਕੋਲ ਜਾਓ, DGP ਕੋਲ ਤਸੱਲੀ ਨਹੀਂ ਹੁੰਦੀ ਤਾਂ ਹੋਮ ਸੈਕਟਰੀ ਕੋਲ ਜਾਓ, ਉੱਥੇ ਨਹੀਂ ਹੁੰਦੀ ਤਾਂ ਚੀਫ ਸੈਕਟਰੀ ਕੋਲ ਜਾਓ, ਜੇ ਫਿਰ ਵੀ ਨਹੀਂ ਹੁੰਦੀ ਫਿਰ ਮੇਰੇ ਕੋਲ ਆਓ, ਅਤੇ ਜੇ ਇੱਥੇ ਨਾ ਹੋਵੇ ਫਿਰ ਕੋਰਟਾਂ ਵੱਲ ਜਾਈਦਾ। ਉੱਦਾਂ ਨਹੀਂ, ਆਹ ਗੱਲ ਪਿਛਲੇ ਸਾਲ ਉਦੋਂ ਕਿਉਂ ਨਾ ਆਖੀ ਜਦੋਂ ਇੱਕ SSP ਅਤੇ ਇੱਕ ਅਡੀਸ਼ਨਲ DGP ਆਹਮੋ ਸਾਹਮਣੇ ਅਦਾਲਤ ਵਿੱਚ ਭੁਗਤਦੇ ਪਏ ਸੀ ਜੀ? ਇਹ ਗੱਲ ਉਦੋਂ ਕਹਿਣੀ ਚਾਹੀਦੀ। ਪ੍ਰਕਾਸ਼ ਸਿੰਘ ਬਾਦਲ ਦੇ ਵਕਤ 2 IG ਆਹਮੋ ਸਾਹਮਣੇ ਅਦਾਲਤ ਵਿੱਚ ਚਲੇ ਗਏ ਸੀ, ਉਹਨੇ ਦੋਵਾਂ ਨੂੰ ਪਹਿਲਾਂ ਵੱਖੋ ਵੱਖ ਸੱਦ ਕੇ ਸਮਝਾਇਆ, ਫਿਰ ਇਕੱਠਿਆਂ ਸੱਦ ਕੇ ਸਮਝਾਇਆ ਵੀ ਇੱਦਾਂ ਨਹੀਂ ਕੰਮ ਚੱਲਣਾ, ਡਿਸਿਪਲਿਨ ਫੋਰਸ ਆ, ਡਿਸਿਪਲਿਨ 'ਚ ਰਹੋ। ਇਹ ਗੱਲ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਰਨੀ ਚਾਹੀਦੀ ਸੀ, ਨਹੀਂ ਕੀਤੀ। ਹੁਣ ਜਿਸ ਤਰ੍ਹਾਂ ਨੇ ਸੱਦ ਕੇ ਸਾਰਿਆਂ ਨੂੰ ਇਹ ਪਾਠ ਪੜ੍ਹਾਇਆ ਕਿ ਡਿਸਿਪਲਿਨ 'ਚ ਰਹੋ ਜੀ, ਡਿਸਿਪਲਿਨ ਇੰਨਾ ਕਿਹਾ ਕਿ ਉਹਨਾਂ ਨੇ ਉਸੇ ਦਿਨ ਸ਼ਾਮ ਨੂੰ ਮੁੱਖ ਮੰਤਰੀ ਦੇ ਸਭ ਤੋਂ ਨੇੜਲੇ ਕਾਂਗਰਸੀ ਆਗੂ, ਪੰਜਾਬ ਦੀ ਕਾਂਗਰਸ ਦੇ ਪ੍ਰਧਾਨ ਅਤੇ ਪਾਰਲੀਮੈਂਟ ਮੈਂਬਰ ਵੀ ਉਹ ਜਿਹੜਾ ਉਪ ਚੋਣ 'ਚ ਗੁਰਦਾਸਪੁਰ ਤੋਂ ਆਪ ਨਿੱਜੀ ਦਿਲਚਸਪੀ ਲੈ ਕੇ ਮੁੱਖ ਮੰਤਰੀ ਨੇ ਜਿਤਾਇਆ ਹੋਵੇ, ਉਹਨੂੰ ਆਖਿਆ ਇੱਥੇ ਫੋਨ ਰੱਖ। ਉਹ ਕਹਿੰਦਾ ਮੈਂ ਕਾਂਗਰਸ ਦਾ ਪ੍ਰਧਾਨ ਹਾਂ, ਮੈਂ ਪਾਰਲੀਮੈਂਟ, ਕਹਿੰਦਾ ਫੋਨ ਰੱਖ। ਜਿਸ ਤਰ੍ਹਾਂ ਫੋਨ ਉਹਦਾ ਰਖਾਇਆ ਗਿਆ ਜਿਵੇਂ ਉਹਦੀ ਬੇਇੱਜ਼ਤੀ ਕੀਤੀ ਗਈ, ਉਹ ਹਾਰ ਕੇ ਕਹਿੰਦਾ ਮੈਂ ਮਿਲਦਾ ਹੀ ਨਹੀਂ ਮੁੱਖ ਮੰਤਰੀ ਨੂੰ, ਉੱਠ ਕੇ ਤੁਰ ਗਿਆ। ਕੁਛ ਲੋਕਾਂ ਨੇ ਅਖਬਾਰਾਂ ਨੇ ਲਿਖਿਆ ਕਿ ਉਹ ਅੰਦਰ ਗਿਆ, ਬੈਠਾ ਰਿਹਾ ਅਤੇ ਉਹਨੂੰ ਮੁੱਖ ਮੰਤਰੀ ਨੇ ਬੁਲਾਇਆ ਨਹੀਂ ਜੀ। ਪਰ ਕੁਝ ਗੱਲ ਇਹ ਵੀ ਆਉਂਦੀ ਪਈ ਹੈ ਕਿ ਮੁੱਖ ਮੰਤਰੀ ਤੱਕ ਸੁਨੇਹਾ ਹੀ ਨਹੀਂ ਪਹੁੰਚਾਇਆ ਗਿਆ। ਜੇ ਮੁੱਖ ਮੰਤਰੀ ਦੇ ਆਸੇ ਪਾਸੇ ਦੇ ਲੋਕ ਮੁੱਖ ਮੰਤਰੀ ਦੇ ਕੰਟਰੋਲ 'ਚ ਨਹੀਂ ਜੀ, ਤਾਂ ਮੁੱਖ ਮੰਤਰੀ ਕਾਹਦਾ? ਮੁੱਖ ਮੰਤਰੀ ਨੂੰ ਸਰਕਾਰ ਵੱਲ ਧਿਆਨ ਦੇਣਾ ਚਾਹੀਦਾ। ਲੋਕ ਸਮਝਦੇ ਪਏ ਆ ਕਿ ਸਰਕਾਰ ਵੱਲ ਮੁੱਖ ਮੰਤਰੀ ਦਾ ਧਿਆਨ ਇਸ ਵੇਲੇ ਮਾਫ਼ ਕਰਨਾ ਘੱਟ ਹੈ, ਇਹ ਪ੍ਰਬੰਧ ਦੀਆਂ ਕਮਜ਼ੋਰੀਆਂ ਜਿਹੜੀਆਂ ਉਹਦੇ ਵਾਸਤੇ ਮੁਸ਼ਕਲਾਂ ਪੈਦਾ ਕਰਨਗੀਆਂ ਜੀ, ਪਾਰਟੀ ਵਿੱਚ ਵੀ, ਦੋਸਤਾਂ ਦੇ ਦਾਇਰੇ ਵਿੱਚ ਵੀ, ਜੇ ਪਾਠਕ ਪੈ ਗਿਆ ਤਾਂ ਨੁਕਸਾਨ ਹੋਵੇ ਜੀ। ਪਨੂੰ ਸਾਹਿਬ, ਬਾਦਲ ਅਕਾਲੀ ਦਲ ਨੂੰ ਟੱਕਰ ਦੇਣ ਦੇ ਲਈ ਸਾਬਕਾ ਜਥੇਦਾਰ ਰਣਜੀਤ ਸਿੰਘ ਅਤੇ ਬਾਬਾ ਸਰਬਜੋਤ ਸਿੰਘ ਬੇਦੀ ਨੇ ਇੱਕ ਨਵਾਂ ਦਲ ਬਣਾਉਣ ਦਾ ਐਲਾਨ ਕੀਤਾ ਹੈ, ਇਸ ਦਲ ਦੇ ਆਉਣ ਤੋਂ ਬਾਅਦ ਕਿੰਨਾ ਕੁ ਅਸਰ ਦੇਖਣ ਨੂੰ ਮਿਲ ਸਕਦਾ ਹੈ, ਕੀ ਕੁਝ ਹੋ ਸਕਦਾ ਹੈ? ਦੇਖੋ, ਇਹ ਇਹਨਾਂ ਦੀਆਂ ਨਿੱਜੀ ਕੜਾਂ 'ਚੋਂ ਨਿਕਲਿਆ ਜੀ। ਜਦੋਂ 300 ਸਾਲਾ ਬਣਾਉਣਾ ਸੀ ਖਾਲਸੇ ਦਾ,
ਉਹਦੇ ਤੋਂ ਥੋੜ੍ਹਾ ਚਿਰ ਪਹਿਲਾਂ ਬਾਦਲ ਟੌੜਾ ਇਕੱਠੇ ਹੁੰਦੇ ਸੀ। ਇਹਨੂੰ ਅਕਾਲ ਤਖ਼ਤ ਦਾ ਜਥੇਦਾਰ ਬਣਾਇਆ ਗਿਆ ਅਤੇ ਉਦੋਂ ਬਣਾਇਆ ਗਿਆ ਜਦੋਂ ਰਣਜੀਤ ਸਿੰਘ ਦੇ ਖਿਲਾਫ਼ ਕਤਲ ਦਾ ਕੇਸ ਸੀ ਅਤੇ ਅਜੇ ਸਜ਼ਾ ਪੂਰੀ ਨਹੀਂ ਸੀ ਹੋਈ। ਜੀ ਫਿਰ ਪਹਿਲੇ ਪੰਜਾਬੀ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੂੰ ਉਚੇਚੀ ਬੇਨਤੀ ਕਰਕੇ ਅਤੇ ਇਹਦੀ ਬਾਕੀ ਦੀ ਸਜ਼ਾ ਮਾਫ਼ ਕਰਾਈ ਗਈ। ਇਹਨੂੰ ਇੰਨਾ ਮਾਣ ਤਾਣ ਦਿੱਤਾ ਗਿਆ ਕਿ ਇੰਗਲੈਂਡ ਤੋਂ ਬ੍ਰਿਟਨ ਦੀ ਕੁਈਨ ਆਈ ਅਤੇ ਉਹਦਾ ਵੀ ਸਵਾਗਤ ਇਹਨੇ ਅਕਾਲ ਤਖ਼ਤ 'ਤੇ ਕੀਤਾ ਔਰ ਇਹ ਚਰਚਾ ਚੱਲਦੀ ਸੀ ਕਿ ਜਿਹਦੇ ਉੱਤੇ ਮਤਲਬ ਕਤਲ ਦਾ ਕੇਸ ਹੈ ਕਿ ਉਹਦਾ ਸਵਾਗਤ ਕਰੇਗਾ। ਅਤੇ ਬਾਦਲ ਸਾਹਿਬ ਨੇ ਆਖਿਆ ਜੀ ਇਹ ਗੱਲਾਂ ਬਾਹਰ ਦੀਆਂ ਨੇ, ਸਾਡੇ ਲਈ ਸਤਿਕਾਰਤ ਨੇ ਕਿਉਂਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ, ਸਿੰਘ ਸਾਹਿਬ ਨੇ। ਪਰ ਜਦੋਂ ਮਤਭੇਦ ਪੈਦਾ ਹੋਏ ਅਤੇ ਬਾਦਲ ਸਾਹਿਬ ਦਰਬਾਰ ਸਾਹਿਬ ਮੱਥਾ ਟੇਕਣ ਨਹੀਂ ਸੀ ਗਏ, ਅੰਮ੍ਰਿਤਸਰ ਸਰਕਟ ਹਾਊਸ ਵਿੱਚੋਂ ਲਿਖ ਕੇ ਭੇਜ ਦਿੱਤਾ ਸ਼੍ਰੋਮਣੀ ਕਮੇਟੀ ਨੂੰ ਕਿ ਇਹ ਬੰਦਾ ਜਥੇਦਾਰੀ ਤੋਂ ਲਾਹ ਦਿਓ। ਉਦੋਂ ਤੋਂ ਜਥੇਦਾਰੀ ਦੇ ਸਵਾਲ ਤੋਂ ਰਣਜੀਤ ਸਿੰਘ ਦੇ ਮਤਭੇਦ ਆ। ਦੂਸਰਾ ਬੰਦਾ ਬਾਬਾ ਸਰਬਜੋਤ ਸਿੰਘ ਬੇਦੀ ਆ, ਉਹ ਗੁਰੂ ਨਾਨਕ ਸਾਹਿਬ ਦੀ ਪੀੜ੍ਹੀ 'ਚੋਂ 14ਵੀਂ ਸੰਤਾਨ ਦੱਸਦੇ ਆ ਉਹਨਾਂ ਦੀ ਬੰਸਾਵਲੀ 'ਚੋਂ ਜੀ। ਉਹ ਕਿਸੇ ਵਕਤ ਪ੍ਰਕਾਸ਼ ਸਿੰਘ ਬਾਦਲ ਦਾ ਸਭ ਤੋਂ ਨੇੜਲਾ ਸੀ। ਫਿਰ ਕਿਸੇ ਗੱਲ 'ਤੇ ਮਤਭੇਦ ਹੋ ਗਏ। ਬਾਬਾ ਸਰਬਜੋਤ ਸਿੰਘ ਬੇਦੀ ਨੇ ਇੱਕੋ ਵਾਰ ਬਾਦਲ ਨੂੰ ਕਿਸੇ ਗੱਲ ਤੋਂ ਟੋਕਤਾ। ਬਾਦਲ ਨੇ ਉਹਦਾ ਇੰਨਾ ਬੁਰਾ ਮਨਾਇਆ ਕਿ ਭਰੇ ਜਲਸੇ 'ਚ ਬਾਦਲ ਨੇ ਲਫ਼ਜ਼ ਵਰਤੇ ਸੀ, ਇੱਕ ਲੰਗਾ ਜਿਹਾ ਸਾਧ ਮੈਨੂੰ ਇੱਦਾਂ ਕਹਿੰਦਾ, ਆਹ ਲਫ਼ਜ਼ ਆਖੇ ਸਨ। ਇਹਦੇ ਤੋਂ ਇੱਕ ਹਫ਼ਤਾ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੈਸਟ ਹਾਊਸ 'ਤੇ ਨਹਾਉਣ ਲੱਗੇ, ਬਾਦਲ ਸਾਹਿਬ ਡਿੱਗ ਪਏ, ਚੂੜਾ ਟੁੱਟ ਗਿਆ ਜੀ। ਫਿਰ 3 ਮਹੀਨੇ ਨਾ ਤੋਂ ਤੁਰਿਆ ਨਹੀਂ ਜਾਂਦਾ ਅਤੇ ਲੋਕ ਕਹਿੰਦੇ ਸੀ ਗੁਰੂ ਨਾਨਕ ਸਾਹਿਬ ਦੀ 14ਵੀਂ ਪੀੜ੍ਹੀ ਨੂੰ ਆਹ ਲਫ਼ਜ਼ ਆਖੇ ਸੀ ਤਾਂ ਹੋ ਗਿਆ। ਮੈਂ ਉਹਨਾਂ ਗੱਲਾਂ 'ਚ ਨਹੀਂ ਜਾਂਦਾ, ਮੈਂ ਦੂਸਰੀ ਗੱਲ ਕਹਿੰਦਾ ਕਿ ਉਦੋਂ ਤੋਂ ਲੈ ਕੇ ਦੋਵਾਂ ਨੂੰ ਗ੍ਰੱਜ ਹੋ ਸਕਦਾ। ਬਾਬਾ ਸਰਬਜੋਤ ਸਿੰਘ ਬੇਦੀ ਕਦੇ ਬਹੁਤੇ ਵਿਵਾਦਾਂ 'ਚ ਆਉਂਦਾ ਨਹੀਂ ਅਤੇ ਰਣਜੀਤ ਸਿੰਘ ਜਥੇਦਾਰ ਹੋਰੀ ਵਿਵਾਦਾਂ ਤੋਂ ਪਾਸੇ ਨਹੀਂ ਜਾਂਦੇ। ਹੁਣ ਇਹ ਦੋਵੇਂ ਇਕੱਠੇ ਹੋ ਗਏ ਨੇ, ਕਹਿੰਦੇ ਬਾਦਲਾਂ ਦਾ ਮੁਕਾਬਲਾ ਕਰਨਾ। ਅੱਗੇ ਇੱਕ 19ਵੀਂ ਅਕਾਲੀ ਦਲ ਆ, ਉਹ 'ਚ ਬੰਦੇ ਵੀ ਮੇਰਾ ਖਿਆਲ 19ਵੀਂ ਆ, ਇਦੋਂ ਵੱਧ ਨਹੀਂ ਗਏ, 21 ਨਹੀਂ ਹੋਣ ਦਿੱਤੇ ਉਹਨਾਂ ਤੱਕ। ਇੱਕ ਅੰਮ੍ਰਿਤਸਰ ਅਕਾਲੀ ਦਲ ਆ ਮਾਨ ਸਾਹਿਬ ਦਾ, ਚਲੋ ਉਹਦੀ ਕੁਝ ਨਾ ਕੁਝ ਥੋੜ੍ਹੀ ਬਹੁਤ ਹੋਂਦ ਹੈਗੀ ਆ ਜੀ। ਇੱਕ ਦੋ ਅਕਾਲੀ ਦਲ ਹੋਰ ਨੇ, ਕੋਈ ਪੰਥਕ ਆ, ਕੋਈ ਹੋਰ ਹੈ, ਇਹ ਬੜੇ ਬਣੇ ਫਿਰਦੇ ਆ। ਇਸ ਵੇਲੇ ਅਕਾਲੀ ਦਲ ਦੀ ਦਲਾਂ ਦੀ ਦਲਦਲ ਬਣੀ ਪਈ ਆ। ਉਹ ਦਲਦਲ ਦੇ ਵਿੱਚ ਇੱਕ ਪੰਥਕ ਲਹਿਰ ਦੇ ਨਾਂ ਦਾ ਅਕਾਲੀ ਦਲ ਹੋਰ ਸੀ ਜੀ। ਕਹਿੰਦੇ ਆ ਬਾਦਲਾਂ ਦਾ ਮੁਕਾਬਲਾ ਕਰਨਾ। ਭਾਈ ਗੁਰਦਾਸ ਜੀ ਕਹਿੰਦੇ ਸੀ ਘੰਟ ਕਢਾਇਆ ਚੂਹਿਆਂ ਗਲ ਬਿੱਲੀ ਪਾਈਏ, ਵੀ ਘੰਟੀ 'ਤੇ ਕਢਾ ਲਈਏ ਚੂਹਿਆਂ ਨੇ ਰਲ ਕੇ, ਵੀ ਆਪਾਂ ਬਿੱਲੀ ਦੇ ਗਲ ਪਾਉਣੀ ਪਾਊ ਕੌਣ, ਸਾਨੂੰ ਸਮਝ ਲੱਗਦੀ। ਇਹ ਜਿੰਨੇ ਜਾਣੇ ਆ ਇਹ ਸਿਰਫ ਘੰਟ ਕਢਾਇਆ ਵਾਲੀ ਗੱਲ ਕਰਦੇ ਆ, ਇਹਨਾਂ 'ਚੋਂ ਟੱਕਰ ਲੈਣ ਜੋਗਾ ਕੋਈ ਨਹੀਂ ਜੀ। ਜੇ ਅੱਜ ਵੀ ਇਹ ਸਾਰੇ ਜਣੇ ਇਕੱਠੇ ਹੋ ਜਾਣ ਤਾਂ ਬਾਦਲ ਨੂੰ ਮੁੜਕਾ ਲਿਆ ਸਕਦੇ ਆ, ਉਹਦਾ ਪਸੀਨੇ ਵਗਾ ਦੇਣਗੇ। ਪਰ ਇਹ ਤਾਂ ਸਵਾਏ ਜਕਾਰੇ ਤੋਂ ਉਹਨਾਂ ਦੀ ਸਾਂਝ ਹੀ ਕੋਈ ਨਹੀਂ ਜੀ। 5 ਮਿੰਟ ਇਕੱਠੇ ਨਹੀਂ ਬੈਠ ਸਕਦੇ। ਸਿਮਰਨਜੀਤ ਸਿੰਘ ਮਾਨ ਨੂੰ ਬਿਠਾ ਦਿਓ ਰਣਜੀਤ ਸਿੰਘ ਦੇ ਲਾਗੇ, ਰਣਜੀਤ ਸਿੰਘ ਅਤੇ ਸਰਬਜੋਤ ਸਿੰਘ ਬੇਦੀ ਬੈਠੇ ਹੋਣ, ਸੰਤ ਦਾਦੂ ਵਾਲੇ ਇਹਨਾਂ ਦੇ ਨਾਲ ਇੱਕ ਦਿਨ ਆ ਕੇ ਬੈਠ ਜਾਏਗਾ, ਉਦੋਂ ਅਗਲੇ ਦਿਨ ਇਹਨਾਂ ਨੂੰ ਛੱਡ ਕੇ ਉਹ ਅਜਨਾਲੇ ਵਾਲਿਆਂ ਕੋਲ ਚੱਲ ਜਾਏਗਾ ਅਤੇ ਤੀਸਰੇ ਦਿਨ ਕਿਸੇ ਹੋਰ ਕੋਲ ਚੱਲ ਜਾਏਗਾ। ਇਹਨਾਂ ਦਾ ਇਹ ਹੀ ਨਹੀਂ ਪਤਾ ਕਿ ਸ਼ਾਮ ਤੱਕ ਇਕੱਠੇ ਰਹਿਣਗੇ ਕਿ ਨਹੀਂ ਰਹਿਣਗੇ। ਹਾਲ ਦੀ ਘੜੀ ਬਾਬਾ ਸਰਬਜੋਤ ਸੋ ਬੇਦੀ ਅਤੇ ਭਾਈ ਰਣਜੀਤ ਸੋ ਇਕੱਠੇ ਆ, ਪਰ ਮੈਨੂੰ ਇਹ ਨਹੀਂ ਪਤਾ ਕਿ ਅਗਲੀ ਸੰਗਰਾਂਦ ਤੱਕ ਦੋਵੇਂ ਇਕੱਠੇ ਰਹਿਣਗੇ ਕਿ ਇਸ ਵਿਸਾਖੀ 'ਤੇ ਵਿਸਾਖ ਦੇ ਵਿੱਚ ਵਿੱਚ ਹੀ ਭੋਗ ਪੈ ਜਾਏਗਾ। ਇੱਕ ਵਾਰੀ ਇਕੱਠੇ ਹੋ ਗਏ ਆ ਜੀ, ਪਰ ਬਹੁਤ ਲੰਮੀ ਆਸ ਬਣਾਉਣ ਜੋਗੇ ਇਹ ਵੀ ਨਹੀਂ ਜੀ। ਮਨੂੰ ਸਭ ਸਾਡੇ ਪ੍ਰੋਗਰਾਮ ਦਾ ਆਖਰੀ ਸਵਾਲ ਸੀ, ਹੁਣ ਅਸੀਂ ਦਰਸ਼ਕਾਂ ਕੋਲੋਂ ਇਜਾਜ਼ਤ ਲਵਾਂਗੇ। ਅੱਜ ਦੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਬਸ ਇੰਨਾ ਹੀ। ਮੈਨੂੰ ਮਨਪ੍ਰੀਤ ਅਤੇ ਸਾਡੇ ਖਾਸ ਮਹਿਮਾਨ ਜਤਿਨ ਦਾ ਮਨੂੰ ਜੀ ਨੂੰ ਦਿਓ ਇਜਾਜ਼ਤ, ਤੁਸੀਂ ਦੇਖਦੇ ਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਸਤਿ ਸ਼੍ਰੀ ਅਕਾਲ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।